ਬੜਾ ਹੌਲੀ ਚਲੇ ਜਾਏਗਾ ਕਈ ਵਾਰੀ ਨੈਟ ਨੈਟਵਰਕ ਪ੍ਰੋਬਲਮ ਤੇਰੀ ਭੈਣ ਦੀ ਲਾਈਵ ਇੱਧਰ ਦਾ ਦੇਖ ਲੈ ਫਿਰ ਮੈਂ ਹੁਣ ਕੀ ਕਰਾਂ ਦੱਸ ਇਹਨੂੰ ਸਾਨੂੰ ਅਲਾਰਮ ਮਾਰ ਦੇਣ ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਫੇਸਬੁੱਕ ਪੇਜ 'ਤੇ ਲਾਈਵ ਹੋ ਚੁੱਕਿਆ ਅਤੇ ਲਾਈਵ ਹਜੇ ਬੜੇ ਘੱਟ ਜਾਣੇ ਦੇਖਣ ਲੱਗਦੇ ਨੇ ਲਾਈਵ ਥੋੜ੍ਹਾ ਜਿਹਾ ਸ਼ੇਅਰ ਕਰ ਦਿਓ ਥੋੜ੍ਹੇ ਕੰਮ ਦੀ ਗੱਲਬਾਤ ਹੋਰ ਕਰਨ ਲਈ ਜਾ ਰਹੇ ਹਾਂ ਅਤੇ ਤੁਹਾਡੇ ਭਰਾਵਾਂ ਦੇ ਅਤੇ ਵਾਹਿਗੁਰੂ ਜੀ ਬੜਾ ਵਧੀਆ ਲਿਖਿਆ ਭਰਾ ਨੇ ਵਾਹਿਗੁਰੂ ਦੀ ਕਿਰਪਾ ਨਾਲ ਕੁਲਵਿੰਦਰ ਸਿੰਘ ਬਾਈ ਜੀ ਨੇ ਬੜਾ ਵਧੀਆ ਗੱਲਬਾਤ ਲਿਖੀ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਤੇ ਤੁਹਾਡੇ ਭਰਾਵਾਂ ਦੇ ਪਿਆਰ ਦੇ ਨਾਲ ਹੁਣੇ ਅਸੀਂ ਥਾਣੇ ਦੇ ਵਿੱਚ ਉੱਠ ਕੇ ਆਏ ਹਾਂ ਜੇ ਤਾਂ ਤੁਸੀਂ ਟੋਲ ਟੈਕਸ 'ਤੇ ਵੈਸੇ ਹੀ ਟਾਈਮ ਬਰਬਾਦ ਕਰਨਾ ਜਾਂ ਕਿਸੇ ਨੇ ਟਾਈਮ ਬਰਬਾਦ ਕਰਨਾ ਜਿੱਦਾਂ ਮਰਜ਼ੀ ਕਰੀ ਚਲੋ ਟੋਲ ਟੈਕਸ ਵਾਲਿਆਂ ਨੇ ਇਹ ਗੱਲ ਕਹੀ ਆ ਕਿ ਸਾਡੀ ਗਲਤੀ ਹੈ ਗਲਤੀ ਵੀ ਉਹਨਾਂ ਦੀ ਆ ਬਾਕੀ ਖ਼ਬਰਾਂ ਪੜ੍ਹ ਲਓ ਤੁਹਾਨੂੰ 3 ਮਿੰਟਾਂ ਤੋਂ ਬਾਅਦ ਕੋਈ ਮਾਈ ਦਾ ਲਾਲ ਟੋਲ ਟੈਕਸ 'ਤੇ ਰੋਕ ਨਹੀਂ ਸਕਦਾ ਆਹ ਰਾਜ਼ੀਨਾਮਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡਾ ਪ੍ਰਸ਼ਾਸਨ ਨੇ ਸਾਥ ਦਿੱਤਾ ਅਤੇ ਟੋਲ ਟੈਕਸ ਤੁਸੀਂ ਹੁਣ 3 ਮਿੰਟਾਂ ਤੋਂ ਵੱਧ ਨਹੀਂ ਰੁਕ ਸਕਦੇ ਕਿਸੇ ਵੀ ਟੋਲ ਟੈਕਸ 'ਤੇ ਠੀਕ ਹੈ ਜੀ ਗੱਲ ਹੁਣ ਕੰਨ ਖੋਲ੍ਹ ਕੇ ਧਿਆਨ ਨਾਲ ਸੁਣ ਲਓ ਆਹ ਰਾਜ਼ੀਨਾਮਾ ਕਰਕੇ ਆਇਆ ਅਤੇ ਇਹ ਇਕੱਲੇ ਸਾਡੀ ਜਿੱਤ ਨਹੀਂ ਹੈਗੀ ਤੁਹਾਡੇ ਸਾਰੇ ਭਰਾਵਾਂ ਦੀ ਜਿੱਤ ਹੈ ਅੱਜ ਤੀਕਰ ਬਠਿੰਡਾ ਤੋਂ ਚੰਡੀਗੜ੍ਹ ਨੂੰ ਬੜੇ ਰਾਜਨੇਤਾ ਜਾਂਦੇ ਨੇ ਬੜੇ MLA ਜਾਂਦੇ ਨੇ ਬੜੇ MP ਜਾਂਦੇ ਨੇਗੇ ਬੜੇ ਸੈਕਟਰ ਸਿੰਗਰ ਜਾਂਦੇ ਨੇ ਕਿਸੇ ਮਾਈ ਲਾਲ ਦੀ ਇਹ ਨਹੀਂ ਹਿੰਮਤ ਹੋਈ ਘੰਟਾ ਘੰਟਾ ਲਾਈਨਾਂ ਦੇ ਵਿੱਚ ਤਾਂ ਜ਼ਰੂਰ ਖੜ੍ਹੇ ਰਹਿੰਦੇ ਨੇਗੇ ਕਿਉਂਕਿ ਲਾਈਨ ਕਈ ਵਾਰੀ VIP ਲਾਈਨ ਵੀ ਬੰਦ ਹੁੰਦੀ ਆ ਕਈਆਂ ਦਾ ਇਹ ਸ਼ੱਕ ਹੋਵੇ VIP ਲਾਈਨ ਦੇ ਵਿੱਚ ਉਹਨਾਂ ਨੂੰ ਵੀ ਖੜ੍ਹਨਾ ਪੈਂਦਾ ਕਿਸੇ ਦੀ ਇਹ ਹਿੰਮਤ ਨਹੀਂ ਹੋਈ ਕਿ ਅਸੀਂ ਲੋਕਾਂ ਦੀ ਆਵਾਜ਼ ਉਠਾ ਦਈਏ ਹਜੇ ਕਿ ਮੇਰੀ ਗੱਡੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਕੱਢ ਕੇ ਖੜਾਤੀ ਸੀ ਮੈਂ ਕਿਹਦੇ ਲਈ ਆਵਾਜ਼ ਉਠਾਈ ਲੋਕਾਂ ਦੇ ਲਈ ਆਵਾਜ਼ ਉਠਾਈ ਲੋਕਾਂ ਦੇ ਲਈ ਇਹ ਜਿਹੜੇ ਲੋਕ ਗੱਲਾਂ ਮਾਰਦੇ ਨੇ ਨਾ ਇਹ ਆ ਜਵਾ ਬਹੁਆ ਅੱਜ ਆ ਦੇਖ ਲਓ ਠੀਕ ਹੈ ਅੱਜ ਆ ਪੜ੍ਹ ਲਓ ਟੋਲ ਟੈਕਸ ਵਾਲੇ ਕਹਿੰਦੇ ਸੀ 3 ਮਿੰਟਾਂ ਤੋਂ ਵੱਧ ਨਹੀਂ ਰੋਕ ਸਕਦੇ ਕਿਸੇ ਦੇ ਮਾਈ ਦਾ ਲਾਲ ਦਾ ਹੱਕ ਨਹੀਂ ਕਿ ਤੁਹਾਨੂੰ ਟੋਲ 3 ਮਿੰਟਾਂ ਤੋਂ ਵੱਧ ਰੋਕ ਲਏ ਆਹ ਡੰਡਾ ਜਿਹਾ ਫੌੜੀ ਚੱਕ ਕੇ ਪਰਾਂ ਕਰ ਦਿਓ ਜੇ ਤੁਹਾਨੂੰ 3 ਮਿੰਟਾਂ ਤੋਂ ਵੱਧ ਰੋਕਿਆ ਜਾਂਦਾ ਠੀਕ ਹੈ ਜੀ ਉੱਥੇ ਆਪਦਾ ਜਾ ਕੇ ਸਿੱਧੇ ਹੋ ਜਾਓ ਕਿਸੇ ਵੀ ਟੋਲ ਟੈਕਸ 'ਤੇ ਤੁਹਾਨੂੰ 3 ਮਿੰਟਾਂ ਤੋਂ ਵੱਧ ਕੋਈ ਨਹੀਂ ਰੋਕ ਸਕਦਾ ਸਾਰੀਆਂ ਅਥਾਰਟੀਆਂ ਉੱਥੇ ਅਸੀਂ ਸਾਰੀਆਂ ਦਿਖਾਈਆਂ ਮਾਣਯੋਗ ਸੁਪਰੀਮ ਕੋਰਟ ਦੀ ਅਥਾਰਟੀ ਆ ਕਿ 3 ਮਿੰਟਾਂ ਤੋਂ ਬਾਅਦ ਤੁਹਾਨੂੰ ਇਹ ਮਾਈ ਦਾ ਲਾਲ ਕੋਈ ਨਹੀਂ ਰੋਕ ਸਕਦਾ ਤੁਸੀਂ 3 ਮਿੰਟਾਂ ਤੋਂ ਬਾਅਦ ਖੜ੍ਹ ਸਕਦੇ ਹੋ ਲੰਘ ਸਕਦੇ ਹੋ ਠੀਕ ਹੈ ਜੀ ਟੋਲ ਟੈਕਸ ਵਾਲੇ ਜਿੰਨੇ ਵੀ ਮੇਰੇ ਭਰਾ ਉੱਥੇ ਮੁਲਾਜ਼ਮ ਕੰਮ ਕਰਦੇ ਨੇਗੇ ਅਤੇ ਸਾਰੇ ਹੀ ਪੰਜਾਬ ਦੇ ਮੁੰਡਿਆਂ ਨੂੰ ਉਹ ਵੀ ਮੇਰੀ ਮੰਗ ਆ ਉਹਦੇ ਲਈ ਵੀ ਮੈਂ ਲੜਾਈ ਲੜੂੰਗਾ ਕਿ ਸਾਰੇ UP ਅਤੇ UP ਦੇ ਬਿਹਾਰ ਦੇ ਮੁੰਡਿਆਂ ਨੂੰ ਕੱਢ ਕੇ ਟੋਲ ਟੈਕਸ 'ਤੇ ਅਗਲੀ ਲੜਾਈ ਹੈ ਵੀ ਟੋਲ ਟੈਕਸ ਸਾਰੇ ਪੰਜਾਬ ਦੇ ਮੁੰਡੇ ਇੱਥੇ ਨੌਕਰੀ ਕਰਨਗੇ ਨਾ ਕਿ ਬਾਹਰਲੇ ਨੌਕਰੀ ਕਰਨ ਇਦੋਂ ਅਗਲੀ ਲੜਾਈ ਇਹ ਲੜੂੰਗਾ ਅਤੇ ਪਹਿਲੀ ਲੜਾਈ ਅੱਜ ਤੁਹਾਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਪਰਮਾਤਮਾ ਦੀ ਕਿਰਪਾ ਅਤੇ ਤੁਹਾਡੇ ਭਰਾਵਾਂ ਦਾ ਪਿਆਰ ਸਤਿਕਾਰ ਦੇ ਨਾਲ ਇਹ ਸਾਰਾ ਕੁਛ ਅਸੰਭਵ ਹੁੰਦਾ ਇਕੱਲਾ ਮੈਂ ਕੁਛ ਨਹੀਂ ਕਰ ਸਕਦਾ ਠੀਕ ਹੈ ਅਤੇ ਤੁਸੀਂ ਐਵੇਂ ਜੇਕਰ ਸਾਥ ਦਿੰਦੇ ਰਹੇ ਹੋ ਮੀਡੀਆ ਪੱਤਰਕਾਰਾਂ ਨੇ ਵੀ ਜਿਨ੍ਹਾਂ ਨੇ ਇਹਨਾਂ ਨਾਲ ਖਬਰਾਂ ਲਾਈਆਂ ਨੇ ਉਹਨਾਂ ਦਾ ਵੀ ਧੰਨਵਾਦ ਅਤੇ ਜਿਹੜੇ ਪੱਤਰਕਾਰ ਜੇ ਉਹੀ ਵਿੱਚ ਆਹ ਆਪਣੇ ਕਹਿੰਦੇ ਨੇ ਵੀ ਆਹ ਮੁੰਡਾ ਐਵੇਂ ਕਰਦਾ ਉਹ ਜਿੱਦਾਂ ਮਰਜ਼ੀ ਖਬਰਾਂ ਲਾਈ ਜਾਣ ਪਰ ਜਿਨ੍ਹਾਂ ਨੂੰ ਰੀਅਲਟੀ 'ਚ ਜਿਹੜੇ ਮੇਰੇ ਫੇਸਬੁੱਕ 'ਤੇ ਲਾਈਵ 'ਤੇ ਜੁੜੇ ਹੋਏ ਨੇ ਜਾਂ ਜਿਨ੍ਹਾਂ ਨੂੰ ਪਤਾ ਵੀ ਆਹਮੇ ਗੱਲ ਹੈ ਅਤੇ ਉੱਥੇ ਲੜਾਈ ਲੜੀ ਗਈ 3 ਮਿੰਟਾਂ ਤੋਂ ਬਾਅਦ ਅੱਜ ਕੋਈ ਵੀ ਬੰਦਾ ਨਾ ਰੁਕੇ ਟੋਲ ਟੈਕਸ ਠੀਕ ਹੈ ਜੀ ਅਤੇ ਦੂਜੀ ਲੜਾਈ ਇਹ ਆਪਣੀ ਕਿ 85 ਰੁਪਏ ਤੋਂ ਜਿਹੜੀ ਪਰਚੀ ਘਟਾ ਕੇ 30 ਰੁਪਏ ਜਾਂ 20 ਰੁਪਏ ਇੱਕ ਗੱਡੀ ਦੀ ਪਰਚੀ ਕਰੀ ਜਾਵੇ ਟੋਲ ਟੈਕਸ 'ਤੇ 85 ਰੁਪਏ ਟੋਲ ਟੈਕਸ ਬਹੁਤ ਜ਼ਿਆਦਾ ਇੱਕ ਗੱਡੀ ਨੂੰ ਹਾਂ ਅਸੀਂ ਮੰਨਦੇ ਹਾਂ ਵੀ ਸਾਡੀ ਫੈਸਿਲਿਟੀ ਦੇ ਲਈ ਰੋਡ ਬਣਾਏ ਗਏ ਨੇ ਜੇ ਰੋਡ ਸਾਡੀ ਫੈਸਿਲਿਟੀ ਦੇ ਲਈ ਬਣਾਏ ਗਏ ਨੇ ਤਾਂ ਇਹ ਤਾਂ ਨਹੀਂ ਹੈਗਾ ਵੀ ਸਾਡੇ ਠੀਕ ਆ ਜੀ 1000 ਦਾ ਗੱਡੀ ਤੇਲ ਨਹੀਂ ਗਾਉਂਦੀ ਅਤੇ 1000 ਤੋਂ ਬਾਅਦ ਸਾਡੇ ਟੋਲ ਟੈਕਸ ਲੱਗ ਜਾਣ 3 ਮਿੰਟਾਂ ਤੋਂ ਬਾਅਦ ਅੱਜ ਜਿਹੜਾ ਸਮਝੌਤਾ ਹੋਇਆ ਤੁਹਾਨੂੰ 3 ਮਿੰਟਾਂ ਤੋਂ ਬਾਅਦ ਤੁਹਾਨੂੰ ਕਿਸੇ ਵੀ ਟੋਲ ਟੈਕਸ 'ਤੇ ਨਹੀਂ ਰੋਕਿਆ ਜਾ ਸਕਦਾ ਠੀਕ ਆ ਜੀ ਅਤੇ ਮਾਣਯੋਗ ਸੁਪਰੀਮ ਕੋਰਟ ਦੀ ਇਹ ਨੈਸ਼ਨਲ ਹਾਈਵੇ ਨੂੰ ਆਪਣੇ ਨੂੰ
ਨੈਸ਼ਨਲ ਹਾਈਵੇ ਨੂੰ ਉਹ ਆ ਕੀ ਬੋਲਦੇ ਹੁੰਦੇ ਨੈਸ਼ਨਲ ਹਾਈਵੇ ਡਿਪਾਰਟਮੈਂਟ ਹੀ ਆ ਆਹ ਉਹਨਾਂ ਨੂੰ ਕਿਹਾ ਹੋਇਆ ਸੁਪਰੀਮ ਕੋਰਟ ਨੇ ਅਥਾਰਟੀ ਬੋਲਦੇ ਕੀ ਕੋਈ ਅਥਾਰਟੀ ਜੀ ਅਥਾਰਟੀ ਤੇ ਉਹ ਗੱਲਬਾਤ ਆ ਤੇ ਇਹ ਤੁਹਾਡੀ ਜਿੱਤ ਆ ਸਾਡੇ ਇਕੱਲੇ ਜਿੱਤ ਨਹੀਂ ਹੈਗੀ ਬਾਕੀ ਜਿਹੜੀਆਂ ਵੀ ਲੋਕਾਂ ਦੀਆਂ ਗੱਲਾਂ ਨੇ ਆਪਾਂ ਦਾ ਆਪਾਂ ਲੋਕਾਂ ਦਾ ਲੋਕਾਂ ਦੇ ਪਿਆਰ ਸਤਿਕਾਰ ਸਦਕਾ ਇਹ ਆਪਾਂ ਕੰਮ ਕਰਦੇ ਰਹਾਂਗੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਸ ਲਾਈਵ ਖਿੱਚ ਕੇ ਸ਼ੇਅਰ ਕਰ ਦਿਓ ਕਿਉਂਕਿ ਸਾਰੇ ਲੋਕਾਂ ਨੂੰ ਪਤਾ ਲੱਗ ਜੇ ਕਿ ਜਿਹੜਾ ਅੱਜ ਸਮਝੌਤਾ ਹੋਇਆ ਇਹ ਗੱਲ ਤਾਂ ਹੋਇਆ ਵੀ ਤੁਹਾਨੂੰ 3 ਮਿੰਟਾਂ ਤੋਂ ਬਾਅਦ ਕੋਈ ਨਹੀਂ ਰੋਕ ਸਕਦਾ ਮਾਈ ਦਾ ਲਾਲ ਠੀਕ ਆ ਜੀ ਆਹ ਹੁਣੀ ਅਸੀਂ ਬਹਾਦਰਗੜ੍ਹ ਆਪਣਾ ਥਾਣੇ ਦੇ ਚੌਂਕੀ ਹੈ ਸੋਰੀ ਬਹਾਦਰਗੜ੍ਹ ਚੌਂਕੀ ਆ ਜਿਹੜੀ ਦੇ ਵਿੱਚ ਅਸੀਂ ਉੱਠ ਕੇ ਆਏ ਹਾਂ ਅਤੇ ਉੱਥੇ ਅਸੀਂ ਉੱਠ ਕੇ ਆਏ ਹਾਂ ਆਪਣੇ ਸਾਡੇ ਬੜੇ ਸੂਝਵਾਨ ਉੱਥੇ ਸਾਡੇ ਇੰਸਪੈਕਟਰ ਸਾਹਿਬ ਨੇ ਉਹਨਾਂ ਨੇ ਬੜਾ ਸੂਝਵਾਨੀ ਦੇ ਨਾਲ ਉਹਨਾਂ ਨੂੰ ਪੱਤਰ ਆਪਣਾ ਨੈਸ਼ਨਲ ਹਾਈਵੇ ਨੂੰ ਆਪਣਾ ਝਾੜ ਪਾਈ ਜੀ ਠੀਕ ਹੈ ਜੀ ਪ੍ਰਸ਼ਾਸਨ ਨੇ ਥੈਂਕ ਯੂ ਸੋ ਮਚ ਜਿਉਂਦੇ ਵਾਦਦੇ ਰਹੋ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।